ਮੈਂ ਤੁਹਾਨੂੰ ਪਹਿਲੇ ਦੱਸਿਆ ਅਕਾਲੀ ਦਲ ਤੇ ਭਾਜਪਾ ਇਹਨਾਂ ਦਾ ਉਹ ਰਿਸ਼ਤਾ ਜਿਹੜਾ ਇੱਕ ਹਸਬੈਂਡ ਦਾ ਆਪਣੀ ਵਿਗੜੀ ਹੋਈ ਔਰਤ ਨਾ ਹੋਵੇ। ਇਹ ਜਦੋਂ ਨਿਆਣਿਆਂ ਦਾ ਵਿਆਹ ਹੋਣ ਲੱਗਦਾ ਵਿਚਾਰੇ ਫਿਰ ਸਾਰੇ ਰਿਸ਼ਤੇਦਾਰ ਇਕੱਠੇ ਹੁੰਦੇ ਕਿ ਕੁੜੀ ਤੇ ਮੁੰਡੇ ਦਾ ਕੋਈ ਫੰਕਸ਼ਨ ਹੋਣਾ, ਰਿਸ਼ਤੇਦਾਰ ਕੀ ਕਾ ਸੀ, ਮੂੰਹ ਵਿਖਾਵਾਂਗੇ, ਇਕੱਠੇ ਹੋ ਜਾਓ ਥੋੜ੍ਹੀ ਦੇਰ ਵਾਸਤੇ, ਲਾਵਾਂ ਫੇਰਿਆਂ 'ਚ ਇਕੱਠੇ ਹੋ ਜਾਓ, ਫਿਰ ਵੱਖੋ ਵੱਖ ਜਾ ਕੇ ਜਿੱਥੇ ਰਹਿੰਦੇ ਹੋ ਚਲੇ ਜਾਓ। ਇਲੈਕਸ਼ਨਾਂ 'ਚ ਇਕੱਠੇ ਹੁੰਦੇ, ਬਾਅਦ 'ਚ ਛਿੱਤਰੋ ਛਿੱਤਰੀ ਹੁੰਦੇ ਨੇ। ਮੈਂ ਸਾ ਸੁਖਬੀਰ ਸਿੰਘ ਜੀ ਨੂੰ ਪੁੱਛਣਾ ਚਾਹੁੰਦਾ, ਬਾਦਲ ਸਾਹਿਬ ਫੈਸਲਾ ਕਰਨ ਤੋਂ ਪਹਿਲੇ ਜਿਹੜੀ ਘਰ ਵਾਲੀ ਆਪਣੀ ਰੁੱਸੀ ਨੂੰ ਫੇਰ ਲਿਆਉਣ ਲੱਗੇ ਹੋ, ਪਹਿਲੇ ਫੈਸਲਾ ਤਾਂ ਕਰ ਲਓ ਕਿ ਜਿਸ ਕਾਰਨ ਤੁਸੀਂ ਡਾਇਵੋਰਸ ਤੱਕ ਪਹੁੰਚੇ ਹੋ ਇਹਨਾਂ ਨਾਲ, ਜਿਹੜੇ ਕਾਲੇ ਕਾਨੂੰਨ ਮੋਦੀ ਸਾਹਿਬ ਨੇ ਪੇਸ਼ ਕੀਤੇ ਸੀ, ਅਤੇ ਤੁਹਾਡੇ ਧਰਮ ਪਤਨੀ ਜੀ ਸਾਡੀ ਭੈਣ ਹਰਸਿਮਰਤ ਕੌਰ ਜੀ ਕੈਬਨਿਟ 'ਚੋਂ ਬਾਹਰ ਆਏ ਸੀ, ਕੀ ਉਹ ਸਾਰੇ ਫੈਸਲੇ ਐੱਮ ਐੱਸ ਪੀ ਦੇ ਲੀਗਲਾਈਜ਼ ਹੋ ਗਏ ਨੇ? ਡਾਕਟਰ ਸਵਾਮੀ ਨਾਥਨ ਜੀ ਦੇ ਜਿਹੜੇ ਫੈਸਲੇ ਲੀਗਲਾਈਜ਼ ਹੋ ਗਏ, ਕਿ ਜਿਹੜਾ ਮਿਨਿਸਟਰ ਆਫ ਸਟੇਟ ਜਿਹਨੇ ਯੂਪੀ ਦੇ ਵਿੱਚ ਉਹਦੇ ਮੁੰਡੇ ਨੇ 5 ਪੰਜਾਬੀ ਰੋਂਗ ਦਿੱਤੇ ਸੀ ਆਪਣੀ ਗੱਡੀ ਥੱਲੇ, ਕੀ ਉਹ ਪੰਜਾਬੀਆਂ ਨੂੰ ਉੱਥੇ ਜਸਟਿਸ ਮਿਲ ਚੁੱਕੀ ਹੈ? ਕੀ ਬੰਦੀ ਸਿੰਘਾਂ ਨੂੰ ਤੁਸੀਂ ਰਿਹਾਈ ਕਰਾ ਲਈ ਹੈ? ਕਿਸੀ ਕੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਦਿਬਰੂਗੜ੍ਹ ਦੀ ਜੇਲ੍ਹਾਂ 'ਚੋਂ ਵਾਪਸ ਲੈ ਆਉਂਦਾ? ਇਹ ਸਾਰੇ ਮੁੱਦਿਆਂ ਦਾ ਪਹਿਲੇ ਜਿਹੜੇ ਸਾਡੇ ਕਿਸਾਨ ਭਰਾ 300 ਤੋਂ ਵੱਧ ਫੱਟੜ ਪਏ ਨੇ, ਅਤੇ ਭਾਜਪਾ ਦੀ ਹਰਿਆਣੇ ਦੀ ਸਰਕਾਰ ਨੇ ਕੀਤਾ। ਇੱਕ ਸਾਡਾ ਨੌਜਵਾਨ ਵੀਰ ਗੋਲੀ ਮਾਰ ਕੇ ਉੱਥੇ ਸ਼ਹੀਦ ਕਰ ਦਿੱਤਾ, ਕੀ ਉਹਦੇ ਵਿੱਚ ਜਸਟਿਸ ਦਵਾਤੀ ਹੈ? ਜੇ ਵਿਗੜੀ ਹੋਈ ਘਰ ਵਾਲੀ ਨੂੰ ਘਰ ਲੈ ਕੇ ਹੀ ਆਉਣਾ, ਤਾਂ ਪਹਿਲੇ ਇਹ ਸਾਰੇ ਜਿਹੜੇ ਪ੍ਰੋਗਰਾਮ ਨੇ ਜਿਸ ਕਾਰਨ ਤੁਹਾਡਾ ਵਿਗਾੜ ਪਿਆ, ਇਹ ਰਿਸ਼ਤਾ ਟੁੱਟਿਆ, ਪਹਿਲੇ ਉਹਨਾਂ ਸਾਰ ਪੰਜਾਬੀਆਂ ਨੂੰ ਦੱਸੋ ਕਿ ਉਹ ਸਾਰੇ ਮੁੱਦੇ ਜੇ ਹੱਲ ਕਰਾਲੇ ਨੇ, ਤਾਂ ਸਾਨੂੰ ਖੁਸ਼ੀ ਹੋਏਗੀ ਜੇ ਹਸਬੈਂਡ ਐਂਡ ਵਾਈਫ ਇਕੱਠੇ ਹੋ ਜਾਣ। ਤਾਂ ਭਗਵੰਤ ਦੀ ਗੱਲ ਹੈ, ਉਹਦਾ ਚੈਲੰਜ ਪੂਰਨ, ਜੇ ਚੀਫ ਮਿਨਿਸਟਰ ਲੜੇਗਾ ਮੈਂ ਉਹਦੇ ਬਰਾਬਰ 'ਚ ਲੜੂੰ, ਜੇ ਮੁੱਖ ਮੰਤਰੀ ਨਹੀਂ ਲੜੇਗਾ ਫਿਰ ਮੈਂ ਨਹੀਂ ਲੜਨਾ। ਮੈਂ ਵੈਸੇ ਆਪਣਾ ਆਲਰੇਡੀ ਮਨ ਪੰਜਾਬ ਨੂੰ ਦੇ ਦਿੱਤਾ, ਆਪਣੇ ਕਾਡਰ ਨੂੰ ਦੇ ਦਿੱਤਾ, ਆਪਣੀ ਪਾਰਟੀ ਨੂੰ ਦੱਸਿਆ। ਹਾਂ, ਜੇ ਭਗਵੰਤ ਲੜਦਾ ਉਹ ਬਕਾਇਦਾ ਤੌਰ ਉਹਦਾ ਚੈਲੰਜ ਜਿਸ ਤਰ੍ਹਾਂ ਹੈ ਸੀ ਉਸ ਤਰ੍ਹਾਂ ਮੈਨੂੰ ਕਬੂਲ।